ਦੋਸਤੋ, ਹਰਿਆਣਾ ਵਿਧਾਨ ਸਭਾ ਦੀ ਸਪੈਸ਼ਲ ਕਵਰੇਜ ਲਈ ਅਸੀਂ ਹਰਿਆਣਾ ਪਹੁੰਚ ਚੁੱਕੇ ਹਾਂ। ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਭਾਸ਼ਾ ਦੇ ਇਸ਼ੂ 'ਤੇ ਅਸੀਂ ਗੱਲ ਕਰਾਂਗੇ, ਜਦੋਂ ਹਰਿਆਣੇ ਦਾ ਮੁੱਖ ਮੰਤਰੀ ਇਹ ਕਹਿੰਦਾ ਹੋਵੇ ਕਿ ਮੈਂ ਪੰਜਾਬੀ ਹਾਂ, ਤਾਂ ਫਿਰ ਸਵਾਲ ਇਹ ਪੁੱਛਣਾ ਵੀ ਬਣਦਾ ਹੈਗਾ ਕਿ ਪੰਜਾਬੀ ਜ਼ਬਾਨ ਦੇ ਲਈ ਮੌਜੂਦਾ ਸਰਕਾਰ ਕੀ ਕੰਮ ਕਰ ਰਹੀ ਹੈਗੀ ਆ, ਪੰਜਾਬੀ ਜ਼ਬਾਨ ਦੀ ਕੀ ਸੂਰਤ ਹਾਲ ਆ। ਹਰਿਆਣੇ ਵਿੱਚ ਪੰਜਾਬੀ ਦਾ ਝੰਡਾ ਹਮੇਸ਼ਾ ਹੀ ਬੁਲੰਦ ਕਰਨ ਵਾਲੇ ਸੁਦਰਸ਼ਨ ਗਾਸੋ, ਉਹਨਾਂ ਕੋਲ ਅਸੀਂ ਪਹੁੰਚ ਚੁੱਕੇ ਹਾਂ। ਹਰਿਆਣੇ ਵਿੱਚ ਲੰਬੇ ਸਮੇਂ ਤੋਂ ਹਰਿਆਣੇ ਦੇ ਵਿੱਚ ਪੰਜਾਬੀ ਦੀ ਸੂਰਤ ਹਾਲ ਬਾਰੇ ਉਹ ਲਿਖਦੇ ਰਹੇ ਨੇ, ਭਾਸ਼ਣ ਕਰਦੇ ਰਹੇ ਨੇ, ਥਾਂ ਥਾਂ ਦੇ ਉੱਤੇ ਉਹ ਜਿਹੜੇ ਹੈਗੇ ਖੜ੍ਹਦੇ ਵੀ ਰਹੇ ਨੇ, ਅਤੇ ਪੰਜਾਬੀ ਜ਼ਬਾਨ ਦਾ ਲਈ ਦੇ ਜਿਹੜੇ ਬਹੁਤ ਵੱਡੇ ਜਿਹੜੇ ਹਿਤੈਸ਼ੀ ਨੇ ਉਹ ਅਸੀਂ ਗੱਲਬਾਤ ਕਰਾਂਗੇ ਸੁਦਰਸ਼ਨ ਗਾਸੋ ਹੋਰਾਂ ਨੇ। ਬਹੁਤ ਬਹੁਤ ਸ਼ੁਕਰੀਆ ਸੁਦਰਸ਼ਨ ਜੀ। ਇੱਕ ਤਾਂ ਤੋਂ ਆਪਾਂ ਦੋਵੇਂ ਇੱਕੋ ਇਲਾਕੇ ਦੇ ਹਾਂ, ਇਸ ਲਈ ਖੁਸ਼ੀ ਵੀ ਹੁੰਦੀ ਹੈ ਜਦੋਂ ਆਪਣੇ ਇਲਾਕੇ ਦਾ ਬੰਦਾ ਮਿਲ ਜਾਂਦਾ। ਹਰਿਆਣੇ ਵਿੱਚੋਂ ਕਾਫ਼ੀ ਲੰਬੇ ਸਮੇਂ ਤੋਂ ਤੁਸੀਂ ਹਰਿਆਣੇ ਵਿੱਚ ਜਿਹੜਾ ਪੰਜਾਬੀ ਜ਼ਬਾਨ ਦੀ ਜਿਹੜੀ ਹੈਗੀ ਆ, ਜਿਹਨੂੰ ਕਹਿੰਦੇ ਆ ਕਿ ਹੱਕ ਦੀ ਗੱਲ ਕਰੀ ਜਾਂ ਉਹਦੀ ਜਿਹੜੀ ਲੜਾਈ ਦਾ ਦੀ ਗੱਲ ਆ ਜਾਂ ਪੰਜਾਬੀ ਜ਼ਬਾਨ ਦੇ ਹੱਕਾਂ ਦੀ ਗੱਲ ਆ, ਉਹਦਾ ਮੁੱਢ ਕਦੋਂ ਤੋਂ ਵੱਜਦਾ ਹੈਗਾ? ਦੇਖੋ, ਉਹਦਾ ਮੁੱਢ ਜਿਹੜਾ ਹੈਗਾ, ਜੇ ਮੈਂ ਆਪਣੇ ਦਿਮਾਗ 'ਤੇ ਥੋੜ੍ਹਾ ਜਿਹਾ ਪਿੱਛੇ ਜਾ ਕੇ ਗੱਲ ਕਰਾਂ ਤਾਂ ਇਹ ਉਸ ਸਮੇਂ ਤੋਂ ਵੱਜ ਗਿਆ ਜਦੋਂ ਇਸ ਦਾ ਪੰਜਾਬ ਤੋਂ ਇਹ ਅਲੈਦਾ ਹੋਇਆ 66 ਦੇ ਵਿੱਚ। 1 ਨਵੰਬਰ 1966 ਦੇ ਵਿੱਚ ਹਰਿਆਣਾ ਬਣਿਆ। ਉਸ ਸਮੇਂ ਦੇ ਜਿਹੜੇ ਮੁੱਖ ਮੰਤਰੀ ਸੀ ਭਗਵਤ ਦਿਆਲ ਸ਼ਰਮਾ ਜੀ, ਉਹਨਾਂ ਨੇ ਇਹ ਗਿਆਨ ਦਿੱਤਾ ਕਿ ਇਹ ਜਿਹੜੀ ਪੰਜਾਬੀ ਦੀ ਸਥਿਤੀ ਹੈ ਉਹ ਉਵੇਂ ਜੁਕਰੀ ਬਣੀ ਰਹੇਗੀ, ਇਹਦੇ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਇਹ ਮੈਂ ਪੁਰਾਣੇ ਰਹਿਮਤ ਸਿੰਘ ਸੋਢੀ ਵਰਗੇ ਜਿਹੜੇ ਸਾਡੇ ਵਿਦਵਾਨ ਸਾਹਿਤਕਾਰ ਸੀ ਪੁਰਾਣੇ, ਉਹਨਾਂ ਦੇ ਲੇਖ ਪੜ੍ਹ ਕੇ ਉਹਨਾਂ ਨਾਲ ਗੱਲਬਾਤ ਕਰ ਰਹੇ, ਪਤਾ ਮੈਨੂੰ ਇਹ ਗੱਲ ਦਾ। ਕੁਝ ਸਮਾਂ ਉਹ ਸਥਿਤੀ ਚੱਲੀ ਕਿਉਂਕਿ ਉਸ ਸਮੇਂ ਪੰਜਾਬੀ ਨੂੰ ਲਾਜ਼ਮੀ ਤੌਰ 'ਤੇ ਪੜ੍ਹਾਇਆ ਜਾਂਦਾ ਸੀ, ਲੇਕਿਨ ਉਸ ਤੋਂ ਬਾਅਦ ਇਹ ਸਥਿਤੀ ਨਹੀਂ ਰਹੀ। ਹੌਲੀ 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 ਉਹ ਪੰਜਾਬੀ ਦੇ ਨਾਲ ਜਿਹੜੀ ਹੈਗੀ ਆ ਉਹਦੀ ਸਥਾਨ ਜਿਹੜਾ ਸੀ ਇੱਕ ਵਧੀਆ ਸਥਾਨ ਸੀ, ਸਨਮਾਨਜਨਕ ਸੰਸਥਾਨ ਸੀ, ਉਹ ਤੋਂ ਉਹ ਥੱਲੇ ਆਉਂਦੀ ਗਈ। ਹੁਣ ਜਦੋਂ ਥੱਲੇ ਆ ਗਈ ਤਾਂ ਫਿਰ ਉਹਦੇ ਵਾਸਤੇ ਜਿਹੜਾ ਦਰਦ ਹੈ ਪੰਜਾਬੀਆਂ ਦੇ ਵਿੱਚ ਉਹ ਪੈਦਾ ਹੋਣਾ ਸੁਭਾਵਿਕ ਸੀ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਹਰਿਆਣੇ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਮਾਂ ਬੋਲੀ ਪੰਜਾਬੀ ਆ, ਬੋਲਦੇ ਪੰਜਾਬੀ ਨੇ, ਔਰ ਉਹਨਾਂ ਦਾ ਕੰਮ ਕਾਰ ਕਾਰ ਵਿਹਾਰ ਸੋਚ ਸਭ ਕੁਛ ਪੰਜਾਬੀ 'ਚ ਹੈ। ਤਾਂ ਫਿਰ ਉਹਦੇ ਵਿੱਚੋਂ ਹੀ ਪੰਜਾਬੀ ਵਿਭਾਗ ਕੁਰੂਕਸ਼ੇਤਰ ਦੀ ਹੋਂਦ ਹੋਈ, ਔਰ ਪੁਰਾਣੇ ਜਿਹੜੇ ਬੰਦੇ ਸੀਗੇ ਜਿਹੜੇ ਕਰਤਾਰ ਸਿੰਘ ਸੁਮੇਰ ਸੀ, ਹਰਭਜਨ ਸਿੰਘ ਕੋਮਲ ਸੀ, ਹਿੰਮਤ ਸਿੰਘ ਸੋਢੀ ਸੀ, ਅਮਰਜੀਤ ਸਿੰਘ ਕਾਂਗ ਸੀ, ਪੰਜਾਬੀ ਦੇ ਤਮਾਮ ਬਹੁਤ ਸਾਰੇ ਜਿਹੜੇ ਹੋਰ ਜਿਨ੍ਹਾਂ ਦੇ ਮੈਂ ਨਾਮ ਹੀ ਕਈ ਵਾਰ ਨਹੀਂ ਹੁੰਦੇ, ਉਹ ਸਾਰਿਆਂ ਨੇ ਸੰਘਰਸ਼ ਕਰਕੇ ਇਹਨੂੰ ਜਿਉਂਦੀ ਕੀਤਾ, ਜਿਉਂਦੀ ਕਰਕੇ ਇਹ ਖੜ੍ਹੀ ਹੋਈ ਇਹਦੇ ਨਾਲ। ਲੇਕਿਨ ਕਿਸੇ ਭਾਸ਼ਾ ਨੂੰ ਸਹਿਜ ਸੁਭਾਅ ਜਿਹੜਾ ਵਿਕਸਿਤ ਹੋਣ ਦਾ ਇੱਕ ਮੌਕਾ ਦੇਣਾ ਚਾਹੀਦਾ ਹੈ, ਉਹ ਤੋਂ ਉਹ ਪਿੱਛੇ ਸੀ। ਤਾਂ ਮੈਂ ਜਿਹੜੀ ਗੱਲ ਇਹ ਕਹਾਂਗਾ ਕਿ ਵੀ ਪੰਜਾਬੀ ਦੇ ਲਈ ਹਰਿਆਣੇ ਦੇ ਵਿੱਚ ਹਮੇਸ਼ਾ ਹੀ ਅਜਿਹੀ ਸਥਿਤੀ ਰਹੀ ਹੈ ਕਿ ਬਿਨਾਂ ਮੰਗ ਤੋਂ, ਬਿਨਾਂ ਇਹਦੀ ਹਿਫਾਜ਼ਤ ਤੋਂ ਇਹ ਪੰਜਾਬੀ ਇੱਥੇ ਵਿਕਸਿਤ ਨਹੀਂ ਹੋਈ। ਇਹ ਜਿੰਨੀ ਪੰਜਾਬੀ ਤੁਸੀਂ ਖੜ੍ਹੀ ਦੇਖਦੇ ਹੋ, ਇਹ ਪੰਜਾਬੀ ਪ੍ਰੇਮੀਆਂ ਦੀ, ਪੰਜਾਬੀ ਸਾਹਿਤਕਾਰਾਂ ਦੀ, ਪੰਜਾਬੀ ਵੀਰਾਂ ਦੀ ਔਰ ਸਿੱਖ ਸੰਸਥਾਵਾਂ ਦੀ, ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹਦੇ ਕਰਕੇ ਹੀ ਜਾਂਦੀ ਹੈ। ਔਰ ਜਿਹੜੀ ਦੁੱਖ ਦੀ ਗੱਲ ਹੈਗੀ ਆ ਉਹ ਇਹ ਆ ਕਿ ਭਾਸ਼ਾਵਾਂ ਨੂੰ ਜਿਹੜੇ ਅੰਗਰੇਜ਼ ਸੀਗੇ ਉਹ ਜਾਤੀਆਂ ਨਾਲ, ਧਰਮ ਨਾਲ ਜੋੜ ਗਏ, ਜਿਹੜਾ ਸਭ ਤੋਂ ਵੱਡਾ ਦੁਖਾਂਤ ਸਾਡੇ ਵਾਪਰਿਆ ਔਰ ਉਹਦਾ ਹੁਣ ਵੀ ਅਸੀਂ ਦਰਦ ਭੋਗ ਰਹੇ ਹਾਂ, ਸਾਡੀਆਂ ਭਾਸ਼ਾਵਾਂ ਭੋਗ ਰਹੀਆਂ ਨੇ। ਦੇਖ ਰਹੇ ਹਾਂ ਅਸੀਂ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਆ ਸ਼ਾਹਮੁਖੀ ਦੇ ਨਾਲ ਜੋੜਤੀ,
ਹਿੰਦੂਆਂ ਦੇ ਵਿੱਚ ਇੱਕ ਅਜਿਹਾ ਸਮਾਂ ਆਇਆ ਜਦੋਂ ਪੰਜਾਬ ਦੇ ਵਿੱਚ ਇਹ ਕਹਿਤਾ ਕਿ ਬੋਲ ਕੇ ਹਾਲਾਂਕਿ ਮੇਰਾ 62 ਦਾ ਜਨਮ ਹੈ, ਪੰਜਾਬ 'ਚ ਜਨਮ ਹੋਇਆ, ਮੇਰੇ ਤੋਂ ਉਹ ਪਹਿਲਾਂ ਵਾਕਿਆ ਹੋ ਚੁੱਕਿਆ ਸੀ, ਇਸ ਕਰਕੇ ਮੇਰੀ ਮਾਨਸਿਕਤਾ ਦੇ ਉੱਤੇ ਉਸ ਦਾ ਅਸਰ ਨਹੀਂ ਪਿਆ, ਕਿਉਂਕਿ ਮੈਂ ਮੇਰੇ ਮਾਣਯੋਗ ਪਿਤਾ ਓਮ ਪ੍ਰਕਾਸ਼ ਗਾਸੋ ਜੀ, ਬਹੁਤ ਵੱਡੇ ਨਾਵਲਕਾਰ ਸਾਹਿਤਕਾਰ, ਮਾਤਾ ਸੱਤਿਆ ਦੇਵੀ, ਮੈਨੂੰ ਘਰ ਦੇ ਵਿੱਚ ਪੰਜਾਬੀ ਦਾ ਜਿਹੜਾ ਪਿਆਰ ਮਿਲਿਆ ਉਸੇ ਵਿੱਚੋਂ ਹੀ ਮੈਂ ਸਹਿਜ ਸੁਭਾਅ ਪੰਜਾਬੀ ਵਾਸਤੇ ਕੰਮ ਕਰਨ ਲੱਗਿਆ। ਮੈਨੂੰ ਦੱਸੋ ਕਿ ਇਸ ਸਮੇਂ ਜਿਹੜਾ ਸਰਕਾਰੀ ਰਵੱਈਆ ਵਾ ਪੰਜਾਬੀ ਜ਼ਬਾਨ ਨੂੰ ਲੈ ਕੇ, ਜਦੋਂ ਮੈਂ ਇੰਟਰੋ ਵਿੱਚ ਵੀ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਬੜੇ ਫਖਰ ਨਾਲ ਕਹਿੰਦੇ ਆ ਕਿ ਭਾਈ ਮੈਂ ਤਾਂ ਪੰਜਾਬੀ ਹਾਂ, ਸ਼ੁੱਧ ਪੰਜਾਬੀ ਹਾਂ, ਅਤੇ ਉਦੋਂ ਹਰਿਆਣੇ ਦੇ ਵਿੱਚ ਕੀ ਹਾਲਤ ਹੈ, ਸਰ ਮੌਜੂਦਾ ਸਰਕਾਰ ਦਾ ਰਵੱਈਆ ਕਿਸ ਤਰ੍ਹਾਂ ਦਾ? ਦੇਖੋ, ਭਾਸ਼ਾਵਾਂ ਪ੍ਰਤੀ ਜਿਹੜੀਆਂ ਸਰਕਾਰਾਂ ਦਾ ਰਵੱਈਆ ਨਾ, ਚਾਹੇ ਉਹ ਮੌਜੂਦਾ ਮੁੱਖ ਮੰਤਰੀ ਆਦਰਯੋਗ ਹੋਣ ਚਾਹੇ ਪੁਰਾਣੇ, ਉਹ ਅਵੇਸਲਾ ਰਵੱਈਆ, ਉਹ ਉਹਨੂੰ ਨਾ ਮਹੱਤਵ ਦੇਣ ਵਾਲਾ ਰਵੱਈਆ, ਇਹ ਚੀਜ਼ ਏਜੰਡੇ 'ਤੇ ਹੀ ਨਹੀਂ ਹੈ। ਮਤਲਬ ਭਾਸ਼ਾ ਵਾਲਾ ਮੁੱਦਾ ਜਿਹੜਾ ਸਰਕਾਰ ਏਜੰਡੇ 'ਤੇ ਨਹੀਂ ਹੈ, ਇਹ ਬਿਲਕੁਲ ਦਰੁਸਤ ਆ, ਅੱਛੀ ਗੱਲ ਹੈ ਕਿ ਉਹ ਪੰਜਾਬੀ ਬੋਲਦੇ ਨੇ, ਪੰਜਾਬੀ 'ਚ ਗਾਉਂਦੇ ਨੇ, ਗੁਰੂ ਸਾਹਿਬਾਨ ਦਾ ਉਸਤਤ ਗੀਤ ਵੀ ਗਾਉਂਦੇ ਹੋਣਗੇ, ਅੱਛੀ ਗੱਲ ਹੈ। ਬਈ ਮੇਰਾ ਸਵਾਲ ਇਹ ਹੈ ਕਿ ਤੁਸੀਂ ਉਸ ਨੂੰ ਜਿਹੜਾ ਅਨਡਿਊ ਉਹਦੇ ਨਾਲ ਇਨਜਸਟਿਸ ਹੋਇਆ ਪੁਰਾਣੇ ਸਮਿਆਂ 'ਚ, ਉਹਨੂੰ ਤਾਂ ਪੂਰਾ ਕਰੋ। ਤੁਸੀਂ ਵਰਤਮਾਨ ਦੇ ਵਿੱਚ ਜੇ ਕਰਦੇ ਹੋ, ਤੁਸੀਂ ਥੋੜ੍ਹਾ ਜਿਹਾ ਕੋਈ, ਮੈਂ ਪੰਜਾਬੀ ਦੇ ਵਿੱਚ ਪੰਜਾਬੀ ਵਿਕਾਸ ਬੋਰਡ ਦੇ ਗਠਨ ਦੀ ਮੰਗ ਕਰਦਾ, ਹੋਰ ਵੀ ਲੋਕ ਕਰਦੇ ਨੇ, ਮੈਂ ਕਹਿੰਦਾ ਵੀ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ, ਉਹਦੀ ਇੰਪਲੀਮੈਂਟੇਸ਼ਨ ਵਾਸਤੇ ਕੋਈ ਰੈਗੂਲੇਟਰੀ ਕਮੇਟੀ ਹੈ ਹਰਿਆਣੇ 'ਚ? ਕੋਈ ਕਮੇਟੀ ਨਹੀਂ। ਪੰਜਾਬੀ ਸਾਹਿਤ ਅਕੈਡਮੀ ਹੈ, ਉਹਦੇ ਵਿੱਚ ਜੇ ਕੋਈ ਚੰਗਾ ਡਾਇਰੈਕਟਰ ਆ ਜਾਂਦਾ, ਪੰਜਾਬੀ ਦੀ ਆਵਾਜ਼ ਉਠਾਉਂਦਾ, ਸਰਕਾਰ ਉਹਨੂੰ ਪਰਦੇ 'ਚ ਇਹ ਕਹਿ ਦਿੰਦੀ ਹੈ ਕਿ ਤੂੰ ਸਾਹਿਤ ਤੱਕ ਮਹਿਦੂਦ ਰਹਿ, ਭਾਸ਼ਾ ਪਾਸੇ ਨਾ। ਮੇਰਾ ਜਿਹੜਾ ਤਜਰਬਾ ਹੈ, ਮੇਰਾ ਜਿਹੜਾ ਤਜਰਬਾ ਇਹ ਹੈ, ਉਹ ਇਹ ਹੈ ਕਿ ਡਾਇਰੈਕਟਰ ਇਹ ਕਹਿੰਦੇ ਨੇ, ਡਾਇਰੈਕਟਰਾਂ ਨੂੰ ਇਹ ਕਹਿ ਦਿੰਦਾ ਜਾਂਦਾ ਕੰਨ 'ਚ ਵੀ ਭਾਈ ਤੂੰ ਕੰਮ ਠੀਕ ਕਰ ਰਿਹਾ, ਤੂੰ ਘੱਟੋ ਘੱਟ ਸਾਹਿਤ ਤੱਕ ਸੀਮਤ ਰੱਖ ਆਪਣੇ ਆਪ ਨੂੰ, ਭਾਸ਼ਾ ਵਾਲੇ ਪਾਸੇ ਨਾ। ਤਾਂ ਮੇਰੀ ਮੰਗ ਇਹ ਹੈ ਕਿ ਮੁੱਖ ਮੰਤਰੀ ਬੋਲਦੇ ਨੇ, ਪੁਰਾਣੇ ਮੁੱਖ ਮੰਤਰੀ ਜਿਹੜੇ ਪੰਜਾਬੀ ਬੋਲਦੇ ਜਾਂ ਸਮਝਣ ਦੀ ਕੋਸ਼ਿਸ਼ ਕਰਦੇ, ਉਹ ਪੰਜਾਬੀ ਦੇ ਪ੍ਰਤੀ ਨਰਮ ਰਵੱਈਆ ਰੱਖ ਕੇ ਉਹਨੂੰ ਵਿਵਹਾਰਕ ਰੂਪ ਦੇ ਵਿੱਚ ਲਾਗੂ ਕਰਨਾ। ਐਤਕੀ ਜਿਹੜੇ ਸਾਹਿਤ ਹਰਿਆਣਾ ਸਾਹਿਤ ਦੀ ਗੱਲ ਕੀਤੀ ਸੀਗੀ, ਇਹਦਾ ਮੁੱਢ ਵੀ ਤੁਸੀਂ ਦੱਸਿਆ ਕਿ ਕਿਵੇਂ ਕਿਵੇਂ ਵੱਜਿਆ ਗਿਆ, ਪਹਿਲਾਂ ਆਪਾਂ ਗੱਲ ਕੀਤੀ ਸੀ, ਹੁਣ ਇਹਦਾ ਕੰਮ ਕਾਰ ਕਿੱਦਾਂ ਹੈਗਾ, ਵੀ ਇਹਦੇ ਕੀ ਕਰਦੀ ਕੀ ਇਹਦੇ ਕੰਮ? ਦੇਖੋ, ਗੱਲ ਇਹ ਹੈ ਵੀ ਜਦੋਂ ਇਹ ਐਕਚੁਅਲੀ ਜਿਹੜੀਆਂ ਅਕੈਡਮੀ ਬਣ ਗਈ ਬੰਸੀ ਲਾਲ ਵੇਲੇ ਬਣੀ ਸੀ, ਜਦੋਂ ਦੁਬਾਰੇ ਆਇਆ, ਪਹਿਲਾਂ ਤਾਂ ਤੇਲਗੂ ਦੇ ਲਾਗੂ ਕਰਕੇ ਉਹਨੇ ਬਹੁਤ ਉਹਨੇ ਆਪਣੀ ਆਲੋਚਨਾ ਸਿਹੜੀ, ਉਦੋਂ ਬਾਅਦ ਉਹਨੇ ਨਿਕਲਣ ਤੋਂ ਬਾਅਦ ਉਹਨੇ ਅਕੈਡਮੀ ਲਾਗੂ ਕੀਤੀ, ਇੱਥੇ ਸਥਾਪਿਤ ਕੀਤੀ, 550 ਟੀਚਰ ਲੱਗੇ ਤਾਂ ਕਿ ਉਹਦਾ ਧੋਣਾ ਧੋਤਾ ਜਾਵੇ। ਔਰ ਉਦੋਂ ਇਹਦੇ ਸਾਹਿਬ ਸਿੰਘ ਅਰਸ਼ੀ ਜਿਹੜੇ ਹੈਗੇ ਐਕਟਿੰਗ ਡਿਲਾਏ, ਉਹ ਪ੍ਰੋਫੈਸਰ ਸੀਗੇ ਗੌਰਮੈਂਟ ਕਾਲਜ, ਉਹਨੂੰ ਬਣਾਏ ਉਹਨਾਂ ਨੂੰ ਇੰਚਾਰਜ। ਤਾਂ ਮੇਰਾ ਜਿਹੜਾ ਪੱਖ ਹੈ ਉਹ ਇਹ ਹੈ ਕਿ ਵੀ ਇਹਨੂੰ ਪੋਲੀਟੀਕਲ ਪੋਸਟ ਨਾ ਬਣਾਇਆ ਜਾਵੇ। ਜਿਹੜਾ ਵੀ ਡਾਇਰੈਕਟਰ ਆਉਂਦਾ ਉਹ ਇਹ ਸਮਝਦਾ ਵੀ ਯਾਰ ਇਹ ਇੱਕ ਅਜਿਹੀ ਪੋਸਟ ਹੈਗੀ ਆ, ਇਹਦੇ 'ਚ ਗੱਡੀ ਹੈਗੀ ਆ, ਥੋੜ੍ਹਾ ਬਜਟ ਹੈ, ਥੋੜ੍ਹਾ ਸਮਾਜਿਕ ਤੌਰ 'ਤੇ ਰੁਤਬਾ ਮਿਲ ਜਾਏਗਾ, ਇਹ ਆਪਦੇ ਬੰਦੇ ਨੂੰ ਅਪਲਾਈਜ਼ ਕਰ ਦਿਓ। ਉਹ ਬਈ ਉਹਨੂੰ ਪਹਿਲਾਂ ਦੇਖ ਤਾਂ ਲਓ ਵੀ ਉਹ ਪੰਜਾਬੀ ਸਾਹਿਤ ਬਾਰੇ ਜਾਣਦਾ ਹੈ, ਪੰਜਾਬੀ ਉਹਨੇ ਪੜ੍ਹੀ ਹੋਈ ਹੈ, ਉਹ ਪੰਜਾਬੀ 'ਚ ਦਸਖਤ ਕਰਦਾ ਹੈ, ਉਹਦਾ ਦਿਲਚਸਪੀ ਹੈ, ਤਾਂ ਅਜਿਹਾ ਦ੍ਰਿਸ਼ਟੀਕੋਣ ਜਿਹੜਾ ਹੈਗਾ ਨਾ ਉਹ ਰੁਕਾਵਟ ਬਣਦਾ ਭਰਾ ਜੀ, ਮੈਂ ਸੱਚੀ ਗੱਲ ਦੱਸਾਂ। ਹੁਣ ਇਹ ਕੰਮ ਵਿੱਚ ਕੀ ਨੇ? ਤਾਂ ਮੈਂ ਦੇਖ ਰਿਹਾ ਸੀ ਪਹਿਲਾਂ ਇੱਕ ਪਰਚਾ ਕੱਢਦੇ ਸੀ, ਕੁਛ ਅਵਾਰਡ ਵੀ ਦਿੱਤੇ ਜਾਂਦੇ ਸੀਗੇ, ਇਸ ਤੋਂ ਬਿਨਾਂ ਹੋਰ ਕੰਮ ਕੀ ਨੇ ਅਤੇ ਉਹ ਹੁਣ ਕੰਮ ਕਿੱਥੇ ਖੜ੍ਹੇ ਨੇ?
ਦੇਖੋ ਗੱਲ ਇਹ ਹੈ ਵੀ ਹੁਣ ਜਿਹੜੇ ਕੰਮ ਨੇ ਹੁਣ ਪਿਛਲੇ ਜਿਵੇਂ ਹੁਣ ਅਕੈਡਮੀ ਦੇ ਕੰਮ ਨੇ ਪਿਛਲੇ 3 ਸਾਲਾਂ ਦੇ 4 ਸਾਲਾਂ ਦੇ ਇਹਨਾਂ ਨੇ ਅਨਾਊਂਸ, ਇੱਕ ਪਹਿਲਾਂ ਡਾਇਰੈਕਟਰ ਸੀ ਉਹ ਬਦਲਤਾ ਅਤੇ ਹੁਣ ਦੂਸਰੇ ਡਾਇਰੈਕਟਰ ਨੇ, ਇੱਕ ਉੱਪਰ ਚੇਅਰਮੈਨ ਨੇ ਬਿਰਕ ਸਾਹਿਬ, ਉਹ ਕੰਮ ਠੀਕ ਕਰ ਰਹੇ ਭਲੇ ਬੰਦੇ ਨੇ, ਦੂਸਰੇ ਵੀ ਲੱਗੇ ਹੋਏ ਨੇ ਉਹ, ਲੇਕਿਨ ਉਹ ਇਨਾਮ ਹੀ ਨਹੀਂ ਤਕਸੀਮ ਹੋਏ ਇਹਨਾਂ ਨੂੰ ਜਦੋਂ ਬਾਕੀ ਅਕੈਡਮੀਆਂ ਨੇ ਦੇ ਤੇ। ਐਕਤੀ ਦੇ 2 ਸਾਲਾਂ ਦੇ ਇਨਾਮ ਜਿਹੜੇ ਨੇ ਉਹ ਉਹਨੀਆਂ ਅਨਾਊਂਸਮੈਂਟ ਹੀ ਨਹੀਂ ਹੋਈ, ਅਰਜ਼ੀਆਂ ਨਹੀਂ ਮੰਗੀਆਂ। ਤਾਂ ਇਹ ਜਿਹੜੀਆਂ ਚੀਜ਼ਾਂ ਰੈਗੂਲਰ ਨੇ, ਸਾਹਿਤਕ ਗੋਸ਼ਟੀਆਂ ਹੋਣੀਆਂ ਨੇ ਜਿਹਦੇ ਵਿੱਚ ਪੰਜਾਬੀ ਦੇ ਮੁੱਦੇ ਉੱਭਰ ਕੇ ਆਉਣੇ ਨੇ, ਉਹ ਜਿਹੀਆਂ ਚੀਜ਼ਾਂ ਵੀ ਤੁਸੀਂ ਤਾਂ ਨਾਲ ਕਰੋ ਨਾ। ਤੁਸੀਂ ਜਿਹੜਾ ਹੈਗਾ ਤੁਹਾਡਾ ਪੰਜਾਬੀ ਪ੍ਰਤੀ ਵਿਜ਼ਨ ਵੀ ਤਾਂ ਸਪਸ਼ਟ ਹੋਣਾ ਚਾਹੀਦਾ। ਜੇ ਤੁਸੀਂ ਉਹਦੇ ਵਿੱਚ ਵਿਜ਼ਨਰੀ ਬੰਦਾ ਨਹੀਂ ਲਾਓਗੇ ਜਿਹੜਾ ਓਡਾ ਕੱਦ ਦਾ ਨਹੀਂ ਹੋਏਗਾ। ਹੁਣ ਪੰਜਾਬੀ ਸਾਹਿਤ ਤਾਂ ਬਹੁਤ ਵਿਸ਼ਾਲ ਹੋ ਗਿਆ, ਦੁਨੀਆ ਦੇ ਵਿੱਚ ਪੰਜਾਬੀ ਫੈਲ ਗਈ। ਔਰ ਚੱਲੀ ਕਿੱਥੋਂ ਆ? ਬਾਬਾ ਫਰੀਦ ਜੀ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਮੈਂ ਗੁਰੂ ਨਾਨਕ ਸਾਹਿਬ 'ਤੇ ਅੱਜ ਕੱਲ੍ਹ ਲਿਖ ਰਿਹਾ, ਅਤੇ ਜਿਸ ਦੀ ਗੁਰੂ ਨਾਨਕ ਸਾਹਿਬ ਦੀ ਆਰਤੀ ਨੂੰ ਰਵਿੰਦਰ ਨਾਥ ਟੈਗੋਰ ਜੀ ਨੇ, ਜਿਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ, ਉਹ ਕਹਿੰਦੇ ਵੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ 2 ਦੇਸ਼ਾਂ ਦੇ ਤਾਂ ਰਾਸ਼ਟਰ ਗੀਤ ਲਿਖੇ ਨੇ, ਭਾਰਤ ਦਾ ਲਿਖਿਆ ਬੰਗਲਾਦੇਸ਼ ਦਾ, ਅਤੇ ਤੁਸੀਂ ਇੱਕ ਵਿਸ਼ਵ ਗੀਤ ਵੀ ਲਿਖੋ। ਤਾਂ ਉਹਨਾਂ ਨੇ ਬੜੀ ਵਿਨਮਰਤਾ ਨਾਲ ਕਿਹਾ ਕਿ ਉਹ ਤਾਂ ਲਿਖਿਆ ਗਿਆ। ਕਹਿੰਦੇ ਉਹ ਕਿਹੜਾ ਲਿਖਿਆ ਗਿਆ? ਤਾਂ ਉਹ ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਆਰਤੀ ਹੈ ਉਹ ਵਿਸ਼ਵ ਗੀਤ ਤਾਂ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਸਾਡੇ ਰਚਨਾ ਹੋਈ ਹੋਵੇ ਸਾਡੇ ਸਾਹਿਤ ਦੇ ਵਿੱਚ, ਸਾਡੇ ਆਦਰਯੋਗ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਲਿਖੀ ਹੋਵੇ, ਅਤੇ ਉਹਦੇ ਅਕੈਡਮੀਆਂ ਨੂੰ ਚਲਾਉਣ ਵਾਸਤੇ ਬੰਦੇ ਵੀ ਤਾਂ ਓਡੇ ਕੱਦ ਦੇ ਹੋਣੇ ਚਾਹੀਦੇ ਸ਼੍ਰੀਮਾਨ ਜੀ। ਤਾਂ ਉਹ ਜਿਹੜੀ ਚੀਜ਼ ਹੈਗੀ ਆ ਉਹ ਹੋਣੀ ਚਾਹੀਦੀ ਆ। ਔਰ ਬਿਲਕੁਲ ਬਕਾਇਦਾ ਮੈਂ ਤਾਂ ਇਹ ਕਹਾਂ, ਮੰਗ ਕਰਾਂਗਾ ਕਿ ਅਕੈਡਮੀਆਂ ਦੇ ਜਿਹੜੇ ਡਾਇਰੈਕਟਰ ਨੇ, ਉਪ ਚੇਅਰਮੈਨ ਨੇ, ਉਹਨਾਂ ਦੀ ਬਕਾਇਦਾ ਇੱਕ ਜਿਹੜੀ ਹੈਗੀ ਆ ਇੱਕ ਮਿਆਰ ਹੋਣਾ ਚਾਹੀਦਾ, ਉਹਨਾਂ 'ਤੇ ਘੱਟੋ ਘੱਟ ਸ਼ਰਤਾਂ ਹੋਣੀਆਂ ਚਾਹੀਦੀਆਂ, ਉਹ ਕੋਈ ਸੁਲਝਿਆ ਹੋਇਆ ਵਧੀਆ ਹਿਤੈਸ਼ੀ ਵੱਡੇ ਵਿਜ਼ਨ ਵਾਲਾ ਸਾਹਿਤਕਾਰ ਹੋਣਾ ਚਾਹੀਦਾ। ਆਪਾਂ ਜੇ ਪੰਜਾਬੀ ਜ਼ਬਾਨ ਦੀ ਗੱਲ ਕਰਨੀ ਹੈ, ਇਹਦੇ ਵਿਕਾਸ ਦੀ, ਸਭ ਤੋਂ ਮੇਨ ਗੱਲ ਹੁੰਦੀ ਹੈ ਵੀ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਇਹਦੀ ਪੜ੍ਹਾਈ ਦਾ ਪੱਧਰ ਕੀ ਹੈ, ਕਿ ਹੈਗੀ ਵੀ ਹੈ ਕਿ ਨਹੀਂ ਹੈਗੀ ਵੀ ਹੈ। ਸੋ ਹਰਿਆਣੇ ਦੇ ਵਿੱਚ ਜੇ ਆਪਾਂ ਗੱਲ ਕਰੀਏ, ਇਹਦੀ ਪੜ੍ਹਾਈ ਦੀ ਕੀ ਸੂਰਤ ਹਾਲ ਹੈਗੀ ਹੈ? ਦੇਖੋ ਗੱਲ ਇਹ ਹੈ, ਪੜ੍ਹਾਈ ਦੀ ਸੂਰਤ ਹਾਲ ਇਹ ਹੈ ਵੀ ਜਿਹੜਾ ਟੀਚਰ ਰਿਟਾਇਰ ਹੋ ਜਾਂਦਾ ਕਾਲਜ ਦੇ ਵਿੱਚੋਂ, ਰਿਟਾਇਰ ਹੋ ਜਾਂਦਾ ਸਕੂਲ 'ਚੋਂ, ਹੋ ਜਾਂਦਾ, ਨਵੀਂ ਪੋਸਟ ਨਹੀਂ ਦਿੱਤੀ ਜਾਂਦੀ, ਜਿੱਥੇ ਪੋਸਟ ਮੰਗਦੇ ਆ ਉੱਥੇ ਪੋਸਟ ਦਿੱਤੀ ਜਾਣੀ ਚਾਹੀਦੀ ਹੈ। ਮੈਂ ਤਦ ਹੀ ਤਾਂ ਬੋਰਡ ਦੀ ਮੰਗ ਕਰ ਰਿਹਾ, ਪੰਜਾਬੀ ਵਿਕਾਸ ਬੋਰਡ ਦੀ, ਸਾਲੋਂ ਸਾਲ ਤੋਂ ਇਹ ਮੰਗ ਕਰ ਰਿਹਾ। ਹੁਣ ਮੈਂ ਫਾਰ ਇਗਜ਼ਾਮਪਲ ਤੁਹਾਨੂੰ ਮੈਂ ਦੱਸਦਾ, ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ, ਬੜਾ ਅੱਛਾ ਬੋਲਦੇ ਆ, ਵਧੀਆ। ਇਹਨਾਂ ਨੇ ਅੱਜ ਤੋਂ 1.5-2 ਸਾਲ ਪਹਿਲਾਂ ਕਰਨਾਲ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵੱਡਾ ਸਮਾਗਮ ਹੋਇਆ ਸੀ, ਮੈਂ ਅਖਬਾਰ ਦੇ ਵਿੱਚ ਪੜ੍ਹਿਆ, ਉੱਥੇ ਇਹਨਾਂ ਨੇ 700 ਪੰਜਾਬੀ ਪੋਸਟਾਂ ਦੀ ਗੱਲ ਕੀਤੀ ਕਿ ਅਸੀਂ ਭਰਾਂਗੇ। ਇਹ 1.5-2 ਸਾਲ ਦੀ ਗੱਲ ਹੈ। ਹੁਣ ਹੁਣ 2 ਕੁ ਮਹੀਨੇ ਪਹਿਲਾਂ ਇੱਕ ਸਰਸੇ ਦੇ ਵਿੱਚ ਪ੍ਰੋਗਰਾਮ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਉਸ ਜਨਮ ਉਤਸਵ ਦੇ ਵਿੱਚ, ਉੱਥੇ ਇਹਨਾਂ ਨੇ 400 ਪੋਸਟਾਂ ਦਾ ਅਨਾਊਂਸਮੈਂਟ ਕੀਤਾ। ਤਾਂ ਇਹਦਾ ਮਤਲਬ ਹੈ ਪਹਿਲੀ ਅਨਾਊਂਸਮੈਂਟ 700 ਦੀ, ਦੂਸਰੀ 400 ਦੀ, ਇੰਪਲੀਮੈਂਟੇਸ਼ਨ ਅਜੇ ਹੋਈ ਨਹੀਂ, ਅਤੇ ਤੀਜੀ ਪਤਾ ਨਹੀਂ ਕਿੰਨੇ ਦੀ ਹੋਵੇ, ਤੀਜੀ ਪਤਾ ਨਹੀਂ। ਹੁਣ ਤਾਂ ਸਰਕਾਰ ਦੀਆਂ ਵੋਟਾਂ ਪੈ ਰਹੀਆਂ ਨੇ, ਹੁਣ ਪਤਾ ਨਹੀਂ ਕੀ ਬਣਦਾ, ਪ੍ਰਭੂ ਜਾਣਦਾ ਜਾਂ ਲੋਕ ਜਾਣਦੇ। ਅੱਛਾ, ਦੂਜਾ ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਵੀ ਇਹਦਾ ਮਤਲਬ ਇਹ ਕਿ ਜਿੰਨੇ ਪੰਜਾਬੀ ਦੇ ਵਿਦਵਾਨ ਨੇ ਉਹਦੇ ਹਰਿਆਣੇ ਦੇ ਵਿੱਚ ਜਾਂ ਟੀਚਰ ਨੇ, ਉਹ ਨੰਗੇ ਧੜ ਆਪਣੀ ਜਿਹੜੀ ਲੜਾਈ ਲੜ ਰਹੇ ਨੇ। ਹੁਣ ਇੱਥੇ ਇੱਕ ਸਵਾਲ ਇਹ ਆ ਜਾਂਦਾ, ਜਿਹੜੀ ਜਿਵੇਂ ਰਿਸਰਚ ਹੁੰਦੀ ਹੈ, ਖਾਸ ਕਰਕੇ ਸਾਡੇ ਕੋਲ ਇੱਕ ਕੁਰੂਕਸ਼ੇਤਰ ਯੂਨੀਵਰਸਿਟੀ, ਤੁਸੀਂ ਕਹਿੰਦੇ ਹੋ ਕਿ 2 ਅਧਿਆਪਕ ਰਹਿ ਗਏ ਨੇ, PhD ਵਗੈਰਾ ਦਾ ਪੱਧਰ ਕਿਸ ਤਰ੍ਹਾਂ ਦਾ, ਕਿਸ ਤਰ੍ਹਾਂ ਦੀ ਰਿਸਰਚ ਹੋ ਰਹੀ ਹੈ? ਨਹੀਂ ਦੇਖੋ, ਉਹਦੇ ਵਿੱਚ ਡਾਕਟਰ ਰੰਧਾਵਾ ਸਾਹਿਬ ਰਿਟਾਇਰ ਹੋਏ ਨੇ, ਉੱਥੇ ਅਮਰਜੀਤ ਕਾਂਗ ਸੀ, ਹੋਰ ਟੀਚਰ ਸੀਗੇ, ਅਤੇ ਉਹ ਬੜੀ ਮਿਹਨਤ ਨਾਲ, ਉਹਨਾਂ ਦਾ ਬੜਾ ਲੈਵਲ ਹੈ, ਦੂਸਰੀ ਯੂਨੀਵਰਸਿਟੀ 'ਚ ਪੇਪਰ ਪੜ੍ਹਨ ਜਾਂਦੇ ਨੇ। ਲੇਕਿਨ ਗੱਲ ਇਹ ਹੈ ਵੀ ਜੇ ਹੁਣ 2 ਟੀਚਰ ਰਹਿ ਗਏ, ਉਹਨਾਂ 'ਤੇ ਲੋਡ, ਉਹਨਾਂ ਨੇ MA ਪੰਜਾਬੀ ਵੀ ਪੜ੍ਹਾਉਣੀ ਹੈ, ਉਹਨਾਂ ਨੇ MPhil ਵੀ ਪੜ੍ਹਾਉਣੀ ਹੈ, ਉਹਨਾਂ ਨੇ ਰਿਸਰਚ ਵੀ ਕਰਾਉਣੀ ਹੈ,
ਤੇ ਉਹ ਕੀ ਕਰਨਗੇ ਤੇ ਉਹਨਾਂ ਦੀ ਕਿੰਨਾ ਲੋਡ ਪਾਓਗੇ ਤੁਸੀਂ ਉਹਨਾਂ ਤੇ? ਉੱਥੇ ਫਿਰ ਲੈਵਲ ਜਿਹੜਾ ਹੈਗਾ ਉਹ ਫਿਰ ਦੁੱਧ ਤਾਂ ਤੁਹਾਨੂੰ ਚਾਹੀਦਾ 10 ਕਿਲੋ, ਮੈਸ ਦਿੰਦੀ ਆ 5 ਕਿਲੋ, ਫਿਰ ਅਸੀਂ 5 ਕਿਲੋ ਪਾਣੀ ਪਾਵਾਂਗੇ? ਮੈਂ ਤੁਸੀਂ ਸਿਆਣੇ ਹੋ ਤੁਸੀਂ ਆਪ। ਅੱਛਾ, ਦੂਸਰਾ ਪ੍ਰੋਫੈਸਰ, ਜਿਹੜੇ ਬੱਚੇ ਨੇ ਜਿਵੇਂ ਤੁਸੀਂ ਆਪਾਂ ਤੁਹਾਡੇ ਕਾਲਜ ਵੀ ਆਏ ਹੋਏ ਆ, ਨਿਆਣਿਆਂ ਦਾ ਰਿਸਪੋਂਸ ਕਿੰਨਾ ਕੁ ਰਹਿੰਦਾ ਵੀ ਅਸੀਂ ਪੰਜਾਬੀ ਦੀ ਪੜ੍ਹਾਈ ਕਰਨੀ ਹੈ ਜਾਂ ਨਹੀਂ ਕਰਨੀ, ਜਾਂ ਕਿੰਨੀ ਕਰਨੀ? ਕਿ ਇੱਕ ਤਾਂ ਹੈ ਕਿ ਸਰਕਾਰੀ ਸਰਪ੍ਰਸਤੀ ਨਾ ਮਾਤਰ, ਇਹਦੇ ਬਾਵਜੂਦ ਵੀ ਜਿਹੜਾ ਹੈਗਾ ਬੱਚੇ ਖਿੱਚ ਪਾਉਂਦੇ ਆ, ਬੱਚੇ ਨੂੰ ਖਿੱਚ ਪਾਉਂਦੀ ਆ ਪੰਜਾਬੀ? ਦੇਖੋ ਜੀ, ਪੰਜਾਬੀ ਭਾਸ਼ਾ ਦਾ ਇਤਿਹਾਸ, ਪੰਜਾਬੀ ਭਾਸ਼ਾ ਦਾ ਗੌਰਵ, ਪੰਜਾਬੀ ਭਾਸ਼ਾ ਦੀ ਮਿਠਾਸ, ਪੰਜਾਬੀ ਭਾਸ਼ਾ ਦੀ ਨੈਤਿਕ ਸਰਦਾਰੀ, ਸਾਡੇ ਵਿਰਸੇ ਦਾ ਗੌਰਵ ਜਿਹੜਾ ਹੈਗਾ ਉਹ ਐਡਾ ਵੱਡਾ ਹੈ ਕਿ ਇੱਥੇ ਮੈਂ ਤੁਹਾਨੂੰ ਖੁਸ਼ੀ ਲੈਣਾ ਕਿ ਸਾਰੇ ਤਬਕਿਆਂ ਦੇ ਬੱਚੇ ਸਾਡੇ ਕੋਲ ਆਉਂਦੇ, ਲੜਕੀਆਂ ਵੀ ਆਉਂਦੀਆਂ ਨੇ, ਲੜਕੇ ਵੀ ਆਉਂਦੇ ਨੇ, ਪਿੰਡਾਂ ਦੇ ਵੀ ਆਉਂਦੇ ਨੇ, ਜਿਹੜੇ ਪੰਜਾਬੀ ਨਹੀਂ ਹਨ ਉਹ ਗੈਰ ਨੇ, ਫੋਰ ਐਗਜ਼ਾਮਪਲ ਕੋਈ ਕਿਸਾਨ ਜਾਟ ਪਰਿਵਾਰ ਦਾ, ਉਹ ਵੀ ਸਾਡੇ ਕੋਲ ਬੱਚਾ ਪੜ੍ਹਦਾ ਪੰਜਾਬੀ, ਪੰਜਾਬੀ ਪ੍ਰਤੀ ਪਿਆਰ ਜਿਹੜਾ ਹੈ ਬਦਸਤੂਰ ਜਾਰੀ ਹੈ ਲੋਕਾਂ ਦੇ ਪੱਧਰ। ਇਹਨੂੰ ਟੋਟਲੀ ਆਪਾਂ ਦੇਖਣਾ ਹੋਵੇ ਨਾ, ਜਿਵੇਂ ਅਸੀਂ ਪੰਜਾਬ ਜਾਂ ਹਰਿਆਣੇ ਤੋਂ ਬਾਹਰ ਵੀ ਨਿਕਲ ਕੇ ਦੇਖੀਏ, ਅਦਰ ਲੈਂਗੁਏਜ ਦੀ ਵੀ ਗੱਲ ਕਰੀਏ, ਉੱਥੇ ਵੀ ਸਰਕਾਰਾਂ ਦਾ ਇਹੀ ਰਵੱਈਆ ਹੈਗਾ ਵਾ। ਕੀ ਲੱਗਦਾ ਵੀ ਜਿਹੜੀਆਂ ਸਰਕਾਰਾਂ ਵਾ ਉਹਨਾਂ ਲਈ ਭਾਸ਼ਾ ਇੱਕ ਮੁੱਦਾ ਕਿਉਂ ਨਹੀਂ ਬਣਦਾ ਹੈਗਾ, ਜਾਂ ਬਣਾਉਣਾ ਕਿਉਂ ਨਹੀਂ ਚਾਹੁੰਦੀਆਂ ਹੈਗੀਆਂ? ਅਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਸ ਪਾਸੇ ਸਾਨੂੰ ਚੱਲਣਾ ਚਾਹੀਦਾ ਸੀ, ਮੈਂ ਹੁਣੇ ਭਗਤ ਸਿੰਘ ਜੀ ਦੇ ਉੱਤੇ, ਸ਼ਹੀਦ ਭਗਤ ਸਿੰਘ ਬਾਰੇ ਕਿਤਾਬ ਲਿਖੀ ਹੈ, ਜਿਸ ਕਿਸਮ ਦਾ ਭਾਰਤ ਚਾਹੁੰਦੇ ਸੀ ਉਹ ਭਾਰਤ ਬਣਿਆ ਨਹੀਂ। ਸਾਡੇ ਅਮੀਰ ਗਰੀਬ ਦੀ ਖਾਈ ਦੇਖ ਲਓ, 10% ਲੋਕ ਨੇ ਜਿਨ੍ਹਾਂ ਕੋਲ ਸਾਡੀ 90% ਤੋਂ ਜ਼ਿਆਦਾ ਸੰਪੱਤੀ ਜਿਹੜੀ ਹੈਗੀ ਹੈ, ਸਾਰੇ ਕਾਨੂੰਨ ਜਿਹੜੇ ਨੇ ਉਹਨਾਂ ਦੇ ਹੱਕ ਦੇ ਬਣ ਰਹੇ ਨੇ। ਸਾਡੇ ਦੇਸ਼ ਦੀਆਂ ਤਾਂ ਸਮੱਸਿਆਵਾਂ ਇੰਨੀਆਂ ਜ਼ਬਰਦਸਤ ਹੋ ਰਹੀਆਂ ਨੇ, ਔਰ ਪਾਰਟੀਆਂ ਦੁੱਖ ਦੀ ਗੱਲ ਹੈਗੀ ਹੈ ਸਿਰਫ ਸੱਤਾ ਵਾਸਤੇ ਲੜ ਰਹੀਆਂ ਨੇ, ਔਰ ਆਉਣ ਵਾਲਾ ਸਮਾਂ ਇੰਨਾ ਭਿਅੰਕਰ ਹੈ ਜਿਹਦੀ ਕਲਪਨਾ ਨਹੀਂ ਕਰ ਰਹੇ ਇਹ ਲੋਕ। ਅਸੀਂ ਸੰਵੇਦਨਸ਼ੀਲ ਹਾਂ, ਸਾਨੂੰ ਦਰਦ ਹੁੰਦਾ, ਇਸ ਕਰਕੇ ਸਾਨੂੰ ਕਦੇ ਕਦੇ ਲੱਗਦਾ, ਝਟਕਾ ਲੱਗਦਾ ਕਿ ਯਾਰ ਇਹ ਕਿੱਧਰ ਜਾ ਰਿਹਾ ਦੇਸ਼, ਔਰ ਭਾਸ਼ਾਵਾਂ ਪ੍ਰਤੀ ਬਿਲਕੁਲ ਸਾਡੀ ਗੁਲਾਮਾਨਾ ਬਿਰਤੀ ਹੈ, ਇਹ ਗੁਲਾਮਾਨਾ ਤਿਆਗਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਦਿੱਲੀ ਦੇ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਹੋਰ ਲੋਕਾਂ ਨੇ, ਵੱਡੇ ਸ਼ਖਸੀਅਤਾਂ ਨੇ ਧਰਨਾ ਦਿੱਤਾ, ਔਰ ਇਹ ਮੰਗ ਕੀਤੀ ਕਿ UPSC ਦੀ ਜਿਹੜੀ IAS ਦੀ ਪੜ੍ਹਾਈ ਹੈ ਉਹ ਹਿੰਦੀ 'ਚ ਹੋ, ਘੱਟੋ ਘੱਟ ਰੀਜਨਲ ਭਾਸ਼ਾਵਾਂ 'ਚ ਹੋਣੀ, ਅਜੇ ਤੱਕ ਹੋਈ ਨਹੀਂ। ਤੋ ਇਸ ਕਰਕੇ ਇਹ ਭਾਸ਼ਾਵਾਂ ਦਾ, ਮੈਂ ਉੱਥੇ ਬਾਬਾ ਨਜ਼ਮੀ ਦਾ ਆਪਾਂ ਪਾਕਿਸਤਾਨ ਦੇਖਦੇ ਹਾਂ, ਉੱਥੇ ਸੰਘਰਸ਼ ਕਰ ਰਹੇ ਨੇ ਲੋਕ, ਉੱਥੇ ਪੰਜਾਬੀਆਂ ਨੂੰ ਬੋਲਣ ਦੀ ਉਹ ਨਹੀਂ ਕੀਤੀ ਜਾਂਦੀ। ਇਹ ਪੂਰੀ ਇੰਡੀਆ ਦੇ ਵਿੱਚ ਹੀ ਭਾਸ਼ਾਵਾਂ ਪ੍ਰਤੀ ਸਾਡਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਸੈਕੂਲਰ ਹੋਣਾ ਚਾਹੀਦਾ, ਖੁੱਲ੍ਹਾ ਹੋਣਾ ਚਾਹੀਦਾ, ਔਰ ਅਸੀਂ ਉਹਨਾਂ ਨੂੰ ਰੀਜਨਲ ਭਾਸ਼ਾਵਾਂ ਨੂੰ ਜਿੰਨਾ ਮਾਣ ਇੱਜ਼ਤ ਦੇਵਾਂਗੇ ਉਹਦੇ ਨਾਲ ਸਾਡੀ ਤਰੱਕੀ ਜੁੜੀ ਹੋਈ ਹੈ। ਇੱਕ ਚੀਜ਼ ਹੋਰ ਜਿਹੜੀ ਦੱਸ, ਉਹਨਾਂ ਨੇ ਦੱਸੀ ਆ ਕਿ ਜਿਹੜੀ ਰੀਜਨਲ ਭਾਸ਼ਾ 'ਚ ਗਿਆਨ ਮਿਲਦਾ ਨਾ ਤਾਂ ਲੋਕ ਵੀ ਚੇਤਨ ਹੁੰਦੇ ਨੇ, ਅਤੇ ਸਰਕਾਰਾਂ ਸ਼ਾਇਦ ਨਹੀਂ ਚਾਹੁੰਦੀਆਂ ਕਿ ਉਹਨਾਂ ਦੀ ਜ਼ਬਾਨ 'ਚ ਦਿੱਤੇ ਜਾਂਦੇ ਜਿਹੜੇ ਹੈਗਾ ਲਿਟਰੇਚਰ ਰਾਹੀਂ ਉਹ ਚੇਤਨ ਹੋ ਜਾਣ, ਅਤੇ ਸਹਿਮਤ ਹੋ ਕਿ ਨਹੀਂ? ਮੈਂ ਇਹਦੇ ਨਾਲ ਤਾਂ ਸਹਿਮਤ ਹੀ ਹਾਂ। ਇੱਕ ਮੈਂ ਹੋਰ ਜਿਹੜੀ ਗੱਲ ਕਰ ਰਿਹਾ ਕਿ ਜਦੋਂ ਲੋਕ ਜਿਹੜੀਆਂ ਸਰਕਾਰਾਂ ਨੇ ਉਹ ਬਣਦੀਆਂ ਤਾਂ ਲੋਕਾਂ ਦੁਆਰਾ ਨੇ, ਲੇਕਿਨ ਜਦੋਂ ਸਰਕਾਰ ਬਣ ਜਾਂਦੀ ਆ ਉਹਦੇ 'ਤੇ ਕਬਜ਼ਾ ਸਰਮਾਏਦਾਰ ਕਰ ਲੈਂਦੇ ਨੇ, ਇਸ ਕਰਕੇ ਜਿਹੜੀਆਂ ਨੀਤੀਆਂ ਨੇ ਉਹ ਸਰਮਾਏਦਾਰ ਬਣਾਉਂਦੇ ਨੇ, ਔਰ ਸਰਕਾਰਾਂ ਉਹਦੇ ਵਿੱਚ ਕੇਵਲ ਮੂਕ ਦਰਸ਼ਕ ਬਣ ਕੇ ਰਹਿ ਜਾਂਦੀਆਂ ਨੇ, ਇਸੇ ਕਰਕੇ ਦੁਖਾਂਤ ਦਰ ਦੁਖਾਂਤ ਵਾਪਰਦੇ ਨੇ। ਅਸੀਂ ਹੁਣ ਆਪਣੀ ਛੋਟੀ ਜਿਹੀ ਟੌਪਿਕ ਦੇ ਵਿੱਚੋਂ ਅੰਤਿਮ ਪੜਾਅ ਦੇ ਵਿੱਚ ਆਉਂਦੇ ਹਾਂ। ਮੈਂ ਜਿਵੇਂ ਹੁਣ ਬੇਰੁਜ਼ਗਾਰੀ ਦਾ ਮੁੱਦਾ ਹੈਗਾ ਹਰਿਆਣੇ ਵਿੱਚ ਵੀ ਹੈਗਾ,
ਹੁਣ ਜੇ ਆਪਾਂ ਸਿਰਫ ਪੰਜਾਬੀ ਭਾਸ਼ਾ 'ਤੇ ਫੋਕਸ ਕਰੀਏ, ਵੀ ਤੁਹਾਨੂੰ ਲੱਗਦਾ ਵੀ ਜਿਵੇਂ ਹੁਣ ਮੰਨ ਲਓ ਕਿ ਪੰਜਾਬੀ ਦੇ ਕਿੰਨੇ ਵਿਦਿਆਰਥੀ ਹੈਗੇ ਨੇ ਜਿਹਨਾਂ ਨੇ MA ਕੀਤੀ ਹੋ, ਹੁਣ ਉਹਨਾਂ ਨੂੰ ਜੇ ਸਰਕਾਰ ਪੰਜਾਬੀ ਦੀਆਂ ਪੋਸਟਾਂ ਦੇ ਦੇਵੇ ਤਾਂ ਕਾਫੀ ਹੱਦ ਤੱਕ, ਕੁਛ ਹੱਦ ਤੱਕ ਤਾਂ ਠੱਲ ਪਊਗੀ ਨਾ ਹਰਿਆਣੇ ਵਿੱਚੋਂ ਬੇਰੁਜ਼ਗਾਰੀ ਦੇ ਉੱਤੇ। ਨਹੀਂ, ਸਾਡੇ ਬੱਚੇ ਪੰਜਾਬੀ ਪੜ੍ਹ ਕੇ ਵਕੀਲ ਵੀ ਬਣਦੇ ਨੇ, ਸਾਡੇ ਬੱਚੇ ਪੰਜਾਬੀ ਪੜ੍ਹ ਕੇ ਬਾਹਰ ਵੀ ਜਾਂਦੇ ਨੇ, ਪੰਜਾਬੀ ਟੀਚਰ ਵੀ ਲੱਗਦੇ ਨੇ, ਪੰਜਾਬੀ ਪ੍ਰੋਫੈਸਰ ਵੀ ਲੱਗਦੇ ਨੇ। ਪੰਜਾਬੀ ਕੋਈ ਇਸ ਤਰ੍ਹਾਂ ਦੀ ਭਾਸ਼ਾ ਤਾਂ ਨਹੀਂ ਹੈ ਕਿ ਪੰਜਾਬੀ ਦੇ ਵਿੱਚ ਜੇ ਅੰਬਾਲੇ ਦਾ ਪੜ੍ਹਿਆ ਬੱਚਾ ਤਾਂ ਅੰਬਾਲੇ 'ਚ ਹੀ ਫਿੱਟ ਹੋਏਗਾ। ਪੰਜਾਬੀ ਇੰਟਰਨੈਸ਼ਨਲ ਭਾਸ਼ਾ ਹੈ ਅਤੇ ਪੰਜਾਬੀ ਭਾਸ਼ਾ ਦੇ ਨਾਲ ਉਹ ਹੋਰ ਵਿਕਾਸ ਕਰੇਗਾ, ਆਪਣੀ ਖੇਤੀਬਾੜੀ ਦੇ ਵਿੱਚ ਵੀ ਉਹਨੂੰ ਯੂਨੀਵਰਸਿਟੀ ਦੇ ਨਾਲ ਲੁਧਿਆਣੇ ਨਾਲ ਜੁੜੇਗਾ। ਗਿਆਨ ਤਾਂ ਜਿਹੜਾ ਹੈਗਾ ਭਾਸ਼ਾਵਾਂ ਦੁਆਰਾ ਆਉਂਦਾ, ਉਹਨੂੰ ਤੁਸੀਂ ਉਹਦੀ ਚੀਜ਼ ਅੰਗਰੇਜ਼ੀ ਉਹ ਪੜ੍ਹ ਨਾ ਸਕੇ, ਹਿੰਦੀ ਉਹ ਪੜ੍ਹਨਾ ਨਾ ਚਾਹੇ, ਪੰਜਾਬੀ ਉਹਨੂੰ ਪੜ੍ਹਾਓ ਨਾ, ਤੁਸੀਂ ਤਾਂ ਦੇਸ਼ ਦਾ ਜਿਹੜਾ ਹੈਗਾ ਆਉਣ ਵਾਲਾ ਭਵਿੱਖ ਉਹ ਬਲੌਕ ਕਰਤਾ। ਹੁਣ ਫਿਰ ਆਖਰੀ ਜਿਹੜਾ ਆਖਰੀ ਸਵਾਲ ਇਹ ਹੈਗਾ ਕਿ ਇਹਦੇ ਲਈ ਕੀ ਕਰਨਾ ਲੋੜੀਏ ਹਰਿਆਣੇ ਵਿੱਚ, ਜਿਹੜੀ ਜਦੋਜਹਿਦ ਚੱਲ ਰਹੀ ਹੈਗੀ ਹੈ, ਇਹਦੇ ਵਿੱਚ ਹੋਰ ਕੀ ਚੁਣੌਤੀਆਂ ਨੇ ਮੇਨ, ਤੁਹਾਨੂੰ ਲੋਕਾਂ ਨੂੰ ਕੀ ਚੁਣੌਤੀਆਂ ਆਉਂਦੀਆਂ ਨੇ ਜੇ ਤੁਸੀਂ ਆਵਾਜ਼ ਬੁਲੰਦ ਕਰਦੇ ਹੋ, ਤੁਹਾਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ 'ਚ ਗੁਜ਼ਰਨਾ ਪੈਂਦਾ? ਸਾਨੂੰ ਤਾਂ ਸਮੱਸਿਆਵਾਂ, ਦੇਖੋ ਗੱਲ ਇਹ ਆ, ਹਮੇਸ਼ਾ ਸਮੱਸਿਆਵਾਂ ਦਾ ਖਤਰਾ ਤਾਂ ਰਹਿੰਦਾ ਹੈ। ਇਹ ਸਿਰਫ ਅਸੀਂ ਪੰਜਾਬੀ ਪ੍ਰੇਮ ਦੇ ਨਾਲ, ਜਿਹੜਾ ਵੀ ਬੰਦਾ ਪੰਜਾਬੀ ਦੀ ਆਵਾਜ਼ ਉਠਾਉਂਦਾ ਪੰਜਾਬੀ ਪ੍ਰੇਮ ਦੇ ਵਿੱਚ ਜਿਹੜਾ ਹੈਗਾ ਉਹ ਉਹਦੇ ਨਾਲ ਲਗਾਓ ਕਰਕੇ ਉਠਾਉਂਦਾ। ਸਾਡੀ ਇਹਦੇ 'ਚ ਰੁਜ਼ਗਾਰ ਵੀ ਸ਼ਾਮਿਲ ਹੈ। ਮੈਂ ਤਾਂ ਹੁਣ ਚਾਹੇ ਰਿਟਾਇਰ ਹੋਇਆ, ਲੇਕਿਨ ਮੈਂ ਸਾਰੀ ਜ਼ਿੰਦਗੀ ਇਹ ਕੰਮ ਕੀਤਾ ਕਿ ਮੈਂ ਪੰਜਾਬੀ ਦੀ ਆਵਾਜ਼ ਬੁਲੰਦ ਕੀਤੀ, ਉਹਦਾ ਮੈਨੂੰ ਫਾਇਦਾ ਵੀ ਮਿਲਿਆ, ਪੰਜਾਬੀ ਦੀਆਂ ਮੰਗਾਂ ਬਹੁਤ ਸਾਰੀਆਂ ਮੰਨੀਆਂ ਗਈਆਂ ਨੇ। ਇਹਦੇ ਵਿੱਚ ਤਾਂ ਇਹੀ ਹੈ ਕਿ ਅਸੀਂ ਜਿਹੜਾ ਪ੍ਰੈਸ਼ਰ ਜਿਹੜਾ ਹੈਗਾ ਉਹ ਸਰਕਾਰਾਂ 'ਤੇ ਬਾਦਸਤੂਰ ਬਿਲਡ ਕਰੀਏ, ਔਰ ਜਿੱਥੇ ਕਿਤੇ ਵੀ ਪੰਜਾਬ ਹਰਿਆਣੇ ਦੇ ਵਿੱਚ ਮੁਅੱਜਜ ਲੋਕ ਹੈਗੇ ਪੰਜਾਬੀ ਦੇ, ਜਿਹੜੇ ਪੱਖ ਪਾਰਟੀਆਂ ਦੇ ਪ੍ਰਭਾਵ ਰੱਖ ਸਕਦੇ ਨੇ, ਉਹ ਨਾਲ ਨਾਲ ਇਹਨਾਂ ਨੂੰ ਇਹ ਵੀ ਮਾਨਸਿਕ ਤੌਰ 'ਤੇ ਤਿਆਰ ਕਰਨ ਲੀਡਰਾਂ ਨੂੰ ਕਿ ਯਾਰ ਪੰਜਾਬੀ ਕੋਈ ਅਛੂਤ ਭਾਸ਼ਾ ਨਹੀਂ ਹੈ, ਪੰਜਾਬੀ ਬਾਰੇ ਜੇ ਤੁਸੀਂ ਟੀਚਰ ਲਾ ਦਿਓਗੇ ਕੋਈ ਇੱਥੇ ਤਾਂ ਤੁਹਾਨੂੰ ਡਰ ਨਹੀਂ ਹੈ, ਕੁਰਸੀ ਤੱਕ ਕੁਰਸੀ ਡੋਲ ਜੂ, ਇਹਦੇ ਨਾਲ ਤਾਂ ਸਹਾਂ ਸਹਿਹੋਂਦ ਵਧੇਗੀ, ਤਰੱਕੀ ਵਧੇਗੀ। ਪੰਜਾਬੀਆਂ ਦਾ ਜਿਹੜਾ ਯੋਗਦਾਨ ਹੈ ਹਰਿਆਣੇ ਦੀ ਤਰੱਕੀ ਦੇ ਵਿੱਚ, ਦੇਸ਼ ਦੀ ਤਰੱਕੀ ਦੇ ਵਿੱਚ, ਉਸਦਾ ਕੋਈ ਬਦਲੀ ਨਹੀਂ। ਮੈਂ ਪਿੱਛੇ ਜੇ ਲੇਖ ਲਿਖਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦਾ ਯੋਗਦਾਨ, ਕੁਝ ਇਤਿਹਾਸਕਾਰ ਤਾਂ ਕਹਿੰਦੇ ਨੇ ਕਿ 90% ਤੋਂ ਜ਼ਿਆਦਾ ਪੰਜਾਬੀਆਂ ਦਾ, ਸਿੱਖਾਂ ਦਾ ਵੀ ਯੋਗਦਾਨ ਕਹਿੰਦੇ ਨੇ ਉਹ, ਕਿ ਫਿਰ ਤੁਸੀਂ ਗੱਲ ਦੇਖੋ ਨਾ ਵੀ ਕਿੱਡੀ। ਜੇ ਭਗਤ ਸਿੰਘ ਨੇ ਆਜ਼ਾਦੀ ਦਾ ਸੁਪਨਾ ਲਿਆ ਹੋਵੇਗਾ ਤਾਂ ਪੰਜਾਬੀ 'ਚ ਲਿਆ ਹੋਵੇਗਾ, ਉਰਦੂ ਦੇ ਵਿੱਚ ਤਾਂ, ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਤਾਂ ਉਹ ਸੰਪਰਕ ਕਰਕੇ ਜਾਂਦੇ ਸੀ। ਸੋ ਇਸ ਕਰਕੇ ਭਾਸ਼ਾਵਾਂ ਦਾ ਜਿਹੜਾ ਹੈਗਾ ਉਹ ਜਿਹੜਾ ਉਹਨਾਂ ਦੇ ਉੱਤੇ ਤਰੱਕੀ ਦੇ ਉੱਤੇ ਜਿਹੜੀਆਂ ਰੁਕਾਵਟਾਂ ਨੇ ਜਾਂ ਜਿਹੜੀ ਸੰਕੀਰਨ ਸੋਚ ਹੈ, ਉਹਨੂੰ ਸਾਨੂੰ ਜਿੰਨੀ ਜਲਦੀ ਅਸੀਂ ਤਿਆਗਾਂਗੇ, ਸਾਡੇ ਦੇਸ਼ ਦਾ, ਸਾਡੇ ਲੋਕਾਂ ਦਾ, ਸਮਾਜ ਦਾ ਭਲਾ ਹੈ। ਦੱਸੋ ਸਰ, ਆਖਿਰ ਵਿੱਚ ਕੁਛ ਕਹਿਣਾ ਚਾਹੁੰਦੇ ਹੋ ਵੀ ਉਹ ਕੋਈ, ਮੈਨੂੰ ਸਾਨੂੰ ਐਂ ਵੀ ਦੱਸ ਦਿਓ ਥੋੜ੍ਹਾ ਜਿਹਾ, ਜੇ ਕੋਈ ਅੰਕੜਾ ਹੋਵੇ ਕਿ ਇਸ ਸਮੇਂ ਕਿੰਨੀਆਂ ਪੋਸਟਾਂ ਖਾਲੀ ਪਈਆਂ ਨੇ ਸਕੂਲਾਂ ਦੇ ਵਿੱਚ ਪੰਜਾਬੀ ਦੀਆਂ? ਦੇਖੋ, ਮੈਂ ਕਹਿ ਰਿਹਾ ਕਿ ਇਹ ਪੋਸਟਾਂ ਤਾਂ ਸਰਕਾਰਾਂ ਦੇ ਕੋਲ ਹੈਗੀਆਂ ਨੇ, ਸਰਕਾਰਾਂ ਨੂੰ ਦੇ ਵੀ ਸਕਦੇ ਹਾਂ, ਸਰਕਾਰਾਂ ਦੀਆਂ, ਸਰਕਾਰ ਜਿਹੜੀ ਹੈਗੀ ਆ, ਮੇਰੀ ਬੇਨਤੀ ਸਰਕਾਰਾਂ ਨੂੰ ਇਹ ਹੈ ਕਿ ਉਹ ਪੰਜਾਬੀ ਪ੍ਰਤੀ ਉਹਦੀ ਮਹੱਤਵ ਨੂੰ ਸਮਝਣ। ਪੰਜਾਬੀ ਨੂੰ ਦਿੱਤਾ ਗਿਆ ਸਨਮਾਨ ਤਾਂ ਖੁਦ ਆਪਣੇ ਆਪ ਨੂੰ ਤੁਹਾਨੂੰ ਸਨਮਾਨ ਕਰੇਗਾ। ਮੈਂ ਇਹ ਕਹਿ ਰਿਹਾ, ਮੈਂ ਇਹ ਗੱਲ ਸਥਾਪਿਤ ਕੀਤੀ, ਔਰ ਜਿਹੜੀਆਂ ਸਰਕਾਰਾਂ ਨੇ ਇਹ ਗੱਲ ਲਾਗੂ ਕੀਤੀ ਉਹਨਾਂ ਨੂੰ ਉਹਦਾ ਫਲ ਮਿਲਿਆ, ਔਰ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਮਿਲੇਗਾ। ਮੇਰੀ ਗੁਜ਼ਾਰਿਸ਼ ਇਹੀ ਹੈ ਕਿ ਜਿਹੜਾ ਪੰਜਾਬੀ ਦੇ ਡਾਇਰੈਕਟਰ ਲਾਏ ਜਾਣ, ਉਹ ਪੰਜਾਬੀ ਸਾਹਿਤਕਾਰ ਹੋਣ, ਸੁਹਿਰਦ ਜਿਹੜੇ ਇੱਕ ਸਟੇਚਰ ਦੇ, ਜਿਨ੍ਹਾਂ ਦਾ ਵਿਜ਼ਨ ਅੱਛਾ ਹੋਵੇ, ਖੁੱਲ੍ਹਾ ਹੋਵੇ, ਤਰੱਕੀ ਵਾਸਤੇ ਮਰ ਮਿਟਣ ਵਾਲੇ ਹੋਣ। ਦੂਸਰਾ ਕਿ ਪੰਜਾਬੀ ਦੇ ਵਿੱਚ ਭਾਈ ਵਿਕਾਸ ਬੋਰਡ ਬਣਾਓ, ਹਰਿਆਣੇ 'ਚ ਦੂਸਰੀ ਭਾਸ਼ਾ ਦਾ ਦਰਜਾ ਦੇ ਦਿੱਤਾ, ਉਹਨੂੰ ਦਰਜੇ ਨੂੰ ਕਿਵੇਂ ਲਾਗੂ ਕਰਨਾ,
ਆਪਾਂ ਹਰਿਆਣੇ ਦੇ ਵਿੱਚ ਕੋਈ ਚਿੱਠੀ ਪੱਤਰੀ ਦਫ਼ਤਰ ਦੇ ਵਿੱਚ ਸੈਕਟਰੀਏਟ 'ਚ ਆਉਂਦੀ ਹੈ ਉਹ ਅਸੀਂ ਉਹਦਾ ਉੱਤਰ ਪੰਜਾਬੀ 'ਚ ਦੇਣ ਵਾਲਾ ਕੋਈ ਅਫਸਰ ਲਾਇਆ ਨਹੀਂ ਲਾਇਆ। ਅਸੀਂ ਦੂਸਰੇ ਜਿਹੜੇ ਇਲਾਕਿਆਂ ਦੇ ਵਿੱਚ ਬੋਰਡ ਲਿਖਣੇ ਨੇ ਉਹ ਲਾਏ, ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਅਸੀਂ ਪੰਜਾਬੀ ਡਿਪਾਰਟਮੈਂਟ ਖੋਲ੍ਹ ਸਕਦੇ ਹਾਂ ਖੋਲ੍ਹੇ, ਨਹੀਂ ਖੋਲ੍ਹੇ। ਦੇਵੀ ਲਾਲ ਯੂਨੀਵਰਸਿਟੀ 'ਚ ਤਾਂ ਅਸੀਂ ਪੰਜਾਬੀ ਡਿਪਾਰਟਮੈਂਟ ਖੋਲ੍ਹ ਸਕਦੇ ਹਾਂ, ਸਾਡੀ ਇਸ ਯੂਨੀਵਰਸਿਟੀ 'ਚ ਦੋ ਪੋਸਟਾਂ ਨੇ, ਇਹਦੇ 'ਚ ਬਾਕੀ ਜਿਹੜੀਆਂ ਪੋਸਟਾਂ ਨੇ ਉਹ ਭਰ ਸਕਦੇ ਹਾਂ, 5-7 ਪੋਸਟਾਂ ਹੋਰ ਨੇ। ਅਤੇ ਜੇ ਅਸੀਂ ਛੋਟਾ ਜਿਹਾ ਡਿਪਾਰਟਮੈਂਟ ਚਾਹੇ ਕਿਸੇ ਗੁਰੂ ਦੇ ਨਾਂ 'ਤੇ ਖੋਲ੍ਹ ਦਈਏ ਰੋਹਤਕ ਦੇ ਵਿੱਚ, ਹਿਸਾਰ ਦੇ ਵਿੱਚ, ਤਾਂ ਤੁਸੀਂ ਦੇਖਣਾ ਤਾਂ ਸਹੀ ਉਹਦਾ ਦੇਸ਼ ਦੇ ਵਿੱਚ ਰੰਗ ਕੀ ਨਿਕਲਦੇ ਨੇ, ਤਰੱਕੀ ਦੇ ਵਿੱਚ ਰੰਗ ਕੀ ਨਿਕਲਦੇ ਨੇ, ਆਪਸੀ ਭਾਈਚਾਰੇ ਦੇ ਵਿੱਚ ਸਹਿਯੋਗ ਦੇ 'ਚ ਹੀ ਰੰਗ ਦੇ। ਇਸ ਕਰਕੇ ਸਰਕਾਰਾਂ ਨੂੰ ਪੰਜਾਬੀ ਡਿਪਾਰਟਮੈਂਟ ਵਾਸਤੇ ਪੰਜਾਬੀ ਭਾਸ਼ਾ ਬਾਰੇ ਇੱਕ ਵੱਖਰੇ ਨਜ਼ਰੀਆ, ਇੱਕ ਵੱਖਰੀ ਨੀਤੀ ਅਪਣਾਉਣੀ ਚਾਹੀਦੀ ਹੈ, ਤਦ ਹੀ ਪੰਜਾਬੀ ਦਾ ਵਿਕਾਸ ਹੋਏਗਾ। ਔਰ ਪੰਜਾਬੀ ਵੀਰਾਂ ਨੂੰ ਵੀ ਜਿੱਥੇ ਵੀ ਉਹਨਾਂ ਦਾ ਜਿਹੜਾ ਹੈਗਾ ਸਥਿਤੀ ਸਥਾਨ ਹੈ ਉਸ ਅਨੁਸਾਰ ਉਹ ਆਪਣੀ ਗੱਲ ਕਰਨ। ਪੰਜਾਬੀ ਬੜੇ ਚੰਗੀਆਂ ਪੋਸਟਾਂ 'ਤੇ ਨੇ ਹਰਿਆਣੇ 'ਚ ਵੀ ਨੇ, ਔਰ ਪੰਜਾਬੀ ਦਾ ਭਵਿੱਖ ਇਸ ਤਰ੍ਹਾਂ ਫਿਰ ਰੌਸ਼ਨ ਰਹੇਗਾ। ਪੰਜਾਬੀ ਦੇ ਵਿੱਚ ਜਿਹੜੀ ਪੁੰਗਰਨ ਦੀ ਸਥਿਤੀ ਹੈ ਨਾ, ਉਹ ਬਹੁਤ ਸ਼ਕਤੀ ਹੈ ਜਿਹੜੀ, ਉਹ ਬੂਟਾ ਜਿਹੜਾ ਹੈਗਾ ਹੋਰ ਪੁੰਗਰੇਗਾ। ਪੰਜਾਬੀ ਦੇ ਵਿੱਚ, ਹਰਿਆਣੇ ਦੇ ਵਿੱਚ ਬਹੁਤ ਸੰਭਾਵਨਾਵਾਂ ਨੇ। ਬਹੁਤ ਬਹੁਤ ਸ਼ੁਕਰੀਆ ਵਿਕਾਸ ਸਾਹਿਬ, ਅਸੀਂ ਸਾਡੀ ਕਾਮਨਾ ਕਿ ਤੁਹਾਡੀ ਦਿਲੀ ਇੱਛਾ ਪੂਰੀ ਹੋਵੇ। ਨਹੀਂ, ਮੈਂ ਇਹ ਹੈ ਕਿ ਮੈਂ ਜਿਸ ਢੰਗ ਦੇ ਨਾਲ ਮੈਂ ਕੋਈ 25-32 ਸਾਲਾਂ ਤੋਂ ਇਸ 33 ਸਾਲਾਂ ਤੋਂ ਲੱਗਿਆ ਹੋਇਆ, ਉਹਨੂੰ ਫਲ ਮਿਲਿਆ। ਮੈਂ ਇੱਕੋ ਗੱਲ ਮਹਿਸੂਸ ਕੀਤੀ ਕਿ ਜੇ ਦਿਲੋਂ ਕੋਈ ਚੀਜ਼ ਕੀਤੀ ਜਾਵੇ ਉਹ ਫਲਦੀ ਹੈ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਦੋਸਤ।